ये आंदोलन चल रहा है तब तक हमारा इन मंत्रियों का, नेताओं का विरोध जैसे हम कर रहे हैं इसी तरह से जारी रहेगा। ਸੁਕਰਨਾਲ ਜ਼ਿਲ੍ਹੇ ਦੇ ਕਰੋਂਡਾ ਚ ਕਿਸਾਨਾਂ ਦੀ ਅੱਜ ਮਹਾਪੰਚਾਇਤ ਹੋਈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਨੁਸਾਰ ਇੱਥੇ 4 ਫੈਸਲੇ ਲਏ ਗਏ ਨੇ। ਉਹਨੇ ਕਿਹਾ ਕਿ ਪਹਿਲਾ ਫੈਸਲਾ ਲਿਆ ਗਿਆ ਹੈ ਕਿ ਵਹਿਸ਼ਿਆਨਾ ਲਾਠੀ ਚਾਰਜ ਕਰਵਾਉਣ ਵਾਲੇ ਐਸਡੀਐਮ ਨੂੰ ਬਰਖਾਸਤ ਕੀਤਾ ਜਾਵੇ। ਦੂਜਾ, ਸਮੁੱਚੇ ਕਰਨਾਲ ਪ੍ਰਸ਼ਾਸਨ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ। ਤੀਜਾ ਫੈਸਲਾ ਲਿਆ ਗਿਆ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਿਸਾਨਾਂ ਤੋਂ ਮੁਆਫੀ ਮੰਗਣ ਅਤੇ ਚੌਥੇ ਸ਼ਹੀਦ ਹੋਏ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਲਈ 25 ਲੱਖ ਰੁਪਏ ਮੁਆਵਜ਼ਾ, ਉਸ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਮੰਗ ਕੀਤੀ ਹੈ। ਦੱਸ ਦਈਏ ਕਿ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਤੇ ਸਨਿਚਰਵਾਰ ਨੂੰ ਕਿਸਾਨਾਂ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀ ਚਾਰਜ ਦੇ ਵਿਰੋਧ ਵਿੱਚ ਇਹ ਮਹਾਂਪੰਚਾਇਤ ਸੱਦੀ ਗਈ ਸੀ। ਕਿਸਾਨ ਆਗੂ ਚੜੂਨੀ ਨੇ ਦੱਸਿਆ ਕਿ 6 ਸਤੰਬਰ ਤੱਕ ਦਾ ਸਮਾਂ ਸਰਕਾਰ ਨੂੰ ਦਿੱਤਾ ਹੈ। ਜੇ ਸਰਕਾਰ ਸਹਿਮਤ ਨਹੀਂ ਹੋਈ ਤਾਂ 7 ਤਰੀਕ ਨੂੰ ਕਰਨਾਲ ਵਿੱਚ ਇੱਕ ਹੋਰ ਵੱਡੀ ਪੰਚਾਇਤ ਕੀਤੀ ਜਾਵੇਗੀ। ਉਸ ਤੋਂ ਬਾਅਦ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ। ਉਹਨੇ ਕਿਹਾ ਕਿ ਹਰਿਆਣਾ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਤੇ ਸੰਯੁਕਤ ਕਿਸਾਨ ਮੋਰਚੇ ਅੱਗੇ ਆਪਣੀ ਗੱਲ ਰੱਖਣਗੀਆਂ। ਦੱਸਦੇ ਕਿ ਕਿਸਾਨ ਵਾਰ ਵਾਰ ਲਾਠੀਆਂ ਨਹੀਂ ਖਾਣਗੇ। ਉਹਨਾਂ ਇਹ ਗੱਲ ਆਖੀ ਹੈ, ਜੇ ਸੰਯੁਕਤ ਕਿਸਾਨ ਮੋਰਚਾ ਵਿੱਚ ਗੱਲ ਨਹੀਂ ਸੁਣੀ ਜਾਂਦੀ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਹਰਿਆਣਾ ਚ ਦੁਬਾਰਾ ਮੀਟਿੰਗ ਕਰਕੇ ਫੈਸਲਾ ਲੈਣਗੀਆਂ। ਚੰਡੀਗੜ੍ਹ ਤੋਂ ਖਾਸ ਤੌਰ ਉੱਤੇ ਮਹਾਂਪੰਚਾਇਤ ਵਿੱਚ ਪੁੱਜੇ ਰਾਜਕੌਰ ਗਿੱਲ ਨੇ ਕਿਹਾ ਕਿ ਜ਼ਖਮੀ ਹੋਏ ਕਿਸਾਨਾਂ ਵਿੱਚੋਂ ਹਰ ਇੱਕ ਦਾ ਬਦਲਾ ਹੁਣ ਲਿਆ ਜਾਵੇਗਾ। ਕਿਸਾਨਾਂ ਆਗੂਆਂ ਨੇ ਇਹ ਵੀ ਕਿਹਾ ਕਿ ਸ਼ਨਿਚਰਵਾਰ ਨੂੰ ਕਿਸਾਨਾਂ ਉੱਤੇ ਨਿਵਾ ਪੁਲਿਸ ਵੱਲੋਂ ਤਸ਼ੱਦਦ ਟਾਇਆ ਗਿਆ। ਉਹ ਸਿਰਫ ਕਾਲੀਆਂ ਝੰਡੀਆਂ ਹੀ ਵਿਖਾ ਰਹੇ ਸਨ, ਪਰ ਜਵਾਬ ਵਿੱਚ ਉਹਨਾਂ ਉੱਤੇ ਹਿੰਸਕ ਲਾਠੀਆਂ ਵਰਾਈਆਂ ਗਈਆਂ। ਹਰਿਆਣਾ ਦੇ ਆਜ਼ਾਦ ਵਿਧਾਇਕ ਸੋਮਵੀਰ ਸਾਂਗਵਨ ਨੇ ਕਿਹਾ ਕਿ ਬਸਤਾੜਾ ਵਰਗੀ ਘਟਨਾ ਲੋਕਤੰਤਰ ਵਿੱਚ ਅੱਜ ਤੱਕ ਨਹੀਂ ਵਾਪਰੀ। ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਉਸਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ। ਇਹ ਮੀਟਿੰਗ 2 ਦਿਨ ਪਹਿਲਾਂ ਸੈਸ਼ਨ ਵਿੱਚ ਹੀ ਹੋਣੀ ਚਾਹੀਦੀ ਸੀ, ਪਰ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਕਿਸਾਨਾਂ ਦੀ ਹਾਲੇ ਤੱਕ ਕਦੇ ਹਾਰ ਨਹੀਂ ਹੋਈ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਸ ਲਹਿਰ ਨੂੰ ਜਿੱਤ ਚੁੱਕੇ ਨੇ। ਇਸ ਵਾਰ ਇਹ ਕਿਸਾਨਾਂ ਲਈ ਸਭ ਤੋਂ ਵੱਡੇ ਅੰਦੋਲਨ ਦਾ ਆਗਾਜ਼ ਹੈ। ਹੁਆ ਹੈ ਉਸਨੇ ਜੋ ਦੋਸ਼ੀ ਅਧਿਕਾਰੀ ਹੈ, ਚਾਹੇ ਉਸਮੇ ਐਸਡੀਐਮ ਹੈ, ਚਾਹੇ ਉਸਮੇ ਪੁਲਿਸ ਅਧਿਕਾਰੀ ਹੈ, ਉਨ ਸਭ ਕੇ ਉੱਪਰ ਮੁਕੱਦਮਾ ਦਰਜ ਕਰ ਦਿਆ ਜਾਏ। ਇਸਕਾ ਟਾਈਮ ਦਿਆ ਹੈ ਉਨਕੋ 6 ਤਾਰੀਖ ਤੱਕ ਦਿਆ ਗਿਆ ਹੈ, ਕਿਉਂਕਿ 5 ਤਾਰੀਖ ਕੀ ਉੱਤਰ ਪ੍ਰਦੇਸ਼ ਕੇ ਅੰਦਰ ਰੈਲੀ ਹੈ ਔਰ ਆਪ ਸਭੀ ਨੇ ਰੈਲੀ ਮੇਂ ਵੀ ਜਾਣਾ ਹੈ। ਵਹਾਂ ਪੇ ਬੜੀ ਪੰਚਾਇਤ ਦੇਸ਼ ਕੀ ਰੱਖੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਕੀ ਤਰਫ ਸੇ, ਤੋ ਆਪ ਸਭੀ ਨੇ ਉਸਮੇਂ ਵੀ ਜਾਣਾ ਹੈ, ਇਸ ਲਈ ਉਸ ਤਾਰੀਖ ਕੋ ਟਾਲ ਕੇ 6 ਤਾਰੀਖ ਤੱਕ ਹਮ ਸਰਕਾਰ ਕਾ ਇੰਤਜ਼ਾਰ ਕਰੇਂਗੇ ਔਰ ਵਰਨਾ 7 ਤਾਰੀਖ ਕੋ ਫਿਰ ਹਮ ਇੱਕ ਬੜੀ ਪੰਚਾਇਤ ਕਰਨਾਲ ਕੀ ਅਨਾਜ ਮੰਡੀ ਮੇਂ ਬੁਲਾ ਕੇ ਔਰ ਯਹਾਂ ਕਾ ਜੋ ਪ੍ਰਸ਼ਾਸਨ ਹੈ, ਸੈਕਰੇਟਰੀਏਟ ਹੈ, ਉਸਕਾ ਘੇਰਾਵ ਅਨਿਸ਼ਚਿਤ ਕਾਲ ਕੇ ਲਈ ਕਰ ਦੇਂਗੇ। ਇਸਕੇ ਸਾਥ ਸਾਥ ਜੋ ਹਮਾਰਾ ਭਾਈ ਸ਼ਹੀਦ ਹੁਆ ਹੈ ਉਸਕੇ ਲਈ 25 ਲੱਖ ਰੁਪਇਆ ਮੁਆਵਜ਼ਾ ਔਰ ਉਸਕੇ ਬੇਟੇ ਕੋ ਨੌਕਰੀ। ਯੇ ਵੀ ਸਰਕਾਰ 7 ਤਾਰੀਖ ਤੱਕ 6 ਤਾਰੀਖ ਤੱਕ ਹਮੇ ਕਲੀਅਰ ਕਰਕੇ ਬਤਾਏਗੀ। ਦੂਸਰਾ ਫੈਸਲਾ, ਹਰਿਆਣੇ ਕੇ ਸਭੀ ਸੰਗਠਨ ਇਕੱਠੇ ਹੋਣਗੇ, ਸਭੀ ਸੰਗਠਨ ਇਕੱਠੇ ਹੋ ਕੇ ਸਭੀ ਸੰਗਠਨਾਂ ਨੂੰ ਇਕੱਠਾ ਕੀਤਾ ਜਾਏਗਾ। ਜੈਸੇ ਪੰਜਾਬ ਵਾਲੇ ਆਪਣੀ ਮੀਟਿੰਗ ਕਰਤੇ ਹੈ,
ऐसे ही हम भी अपनी अलग से मीटिंग करेंगे और संयुक्त मोर्चे के सामने अपनी बात रखेंगे कि संयुक्त मोर्चा कोई अगला जो कड़ा फैसला है, जो आंदोलन है, उसको कड़ा फैसला लीजिए। पूरे हरियाणा के जो किसान है, पूरे हरियाणा की जो जनता है, उनकी डिमांड है कि अब हम बार बार नहीं पीटेंगे, अब हमें कड़ा फैसला लेना होगा, चाहे वो दिल्ली जाने का हो, चाहे कुछ भी हो। एक बार हम हरियाणा की तरफ से संयुक्त मोर्चे के आगे अपनी बात रखेंगे। अगर उसके बाद भी संयुक्त मोर्चा को फैसला नहीं लेता है तो फिर हरियाणा की अलग से मीटिंग करेंगे, और क्योंकि सभी हरियाणा के संगठनों को एक मंच पे कर रहे हैं, सभी हरियाणा के संगठनों को एक मंच पे करके संयुक्त मोर्चे के आगे अपनी बात रखेंगे। संयुक्त मोर्चा उस पर भी अगली कार्रवाई करे, और जो भी वहां से जवाब होगा, जो भी वहां से वो कार्रवाई का आश्वासन देंगे, उसके बाद फिर हरियाणा के संगठन अपनी मीटिंग करके अगला फैसला लेंगे। हाँ, जो लोग हमारे घायल हुए हैं, जो लोग घायल हुए हैं, जिनको काफी चोटें, किसी को सिर में है, एक भाई का नाक की हड्डी टूटी है, टांग टूटी है, वहां टूटी है, बहुत से जहां जिन जिनको भी चोटें हैं, उन भाइयों को दो दो लाख रुपए मुआवजा। तो ये सरकार से मांगे हैं, और 7 तारीख को, 5 को आप सभी ने उत्तर प्रदेश जाना है, मुजफ्फरनगर में बड़ी रैली है, और 7 तारीख को पूरे हरियाणा से पूरा जोर लगा के हमने करनाल की अनाज मंडी में इकट्ठे होना है, और वहां इकट्ठे होने के बाद यहाँ के जो सेक्रेटरिएट है उसका घेराव किया जाएगा। तो ये आज के फैसले हुए हैं, और जो अगला कार्रवाई है, जो आगे आंदोलन को आगे बढ़ाने की कार्रवाई है, वो सभी हरियाणा के जो संगठन है वो एक मत से ये तैयार है कि हम बड़ा आंदोलन आगे लड़ना चाहते हैं, लेकिन कोई फूट किसी तरह की नजर ना आए, इसलिए संयुक्त मोर्चे के सामने एक बार अपनी बात रखेंगे, और सब हमें उम्मीद भी है कि संयुक्त मोर्चा को बड़ा फैसला लेने के उसमें हाँ करेगा। अब एक बात और है कि जब तक हमारा ये आंदोलन चल रहा है, तब तक हमारा इन मंत्रियों का, नेताओं का विरोध जैसे हम कर रहे हैं, इसी तरह से जारी रहेगा। जहां भी आप भाइयों की जरूरत पड़े, वहां सभी इकट्ठे हो जाया करो। आप सबका बहुत बहुत धन्यवाद, बहुत बहुत आभार।